ਮੈਮ ਸਤਿ ਸ਼੍ਰੀ ਅਕਾਲ ਜੀ, ਮਨਦੀਪ ਗੱਲ ਕਰ ਰਿਹਾ ਜੀ, ਬਾਜੋ ਇਮੀਗ੍ਰੇਸ਼ਨ ਟਾਰਗੇਟ ਤੋਂ। ਹਾਂ ਜੀ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਵਧੀਆ ਜੀ, ਤੁਸੀਂ ਓਵਰਸੀਜ਼ ਹੋ ਇੰਡੀਆ? ਹਾਂ ਜੀ, ਹਾਂ ਜੀ ਸਰ। ਮੈਨੂੰ ਮਾਫੀ ਚਾਹੁੰਦਾ, ਤੁਹਾਨੂੰ ਸੁੱਤੇ ਨੂੰ ਜਗਾਇਆ, ਤੇ ਕੋਈ ਨਹੀਂ ਕੋਈ ਨਹੀਂ। ਮੈਂ ਕਿਹਾ ਤੁਹਾਨੂੰ ਗੁੱਡ ਨਿਊਜ਼ ਦੇ ਦਈਏ ਕਿ ਹੁਣ ਪੱਕੇ ਆਸਟ੍ਰੇਲੀਆ ਵਾਲੇ ਹੋ ਗਏ ਤੁਸੀਂ, ਤੁਹਾਨੂੰ ਮੁਬਾਰਕਾਂ ਬਹੁਤ ਬਹੁਤ। ਵਾਹਿਗੁਰੂ ਸਰ, ਨੰਬਰ ਜੀ, ਥੈਂਕ ਯੂ ਸਰ, ਬਹੁਤ ਬਹੁਤ ਤੁਹਾਡਾ ਬਹੁਤ ਥੈਂਕ ਯੂ। ਦੇਖੋ, ਥੈਂਕ ਯੂ ਸਾਡਾ ਨਹੀਂ, ਸਾਡੀ ਪਰਮਾਤਮਾ ਦਾ। ਖੁਸ਼ ਹੋ? ਕਿੱਦਾਂ ਦਾ ਫੀਲ ਹੋ ਰਿਹਾ? ਬਾਜੋ ਇਮੀਗ੍ਰੇਸ਼ਨ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਪਰਿਵਾਰ ਨੂੰ ਵੀ ਸਾਡੇ ਵੱਲੋਂ ਮੁਬਾਰਕਾਂ ਦਿਓ, ਤੇ ਤੁਹਾਡੀ ਮਿਹਨਤ ਨੂੰ ਬਹੁਤ ਬਹੁਤ ਸਲਾਮ, ਤੁਸੀਂ ਕਾਫੀ ਮਿਹਨਤ ਕੀਤੀ। ਮੈਮ, ਤੁਹਾਡਾ ਆਕੂਪੇਸ਼ਨ ਕੀ ਸੀਗਾ? ਸ਼ੈਫ ਸੀਗਾ। ਚਲੋ, ਬਹੁਤ ਵਧੀਆ। ਅੱਛਾ ਜੀ, ਤੁਸੀਂ ਆਈ ਟੀ ਕਰਨ ਆਏ ਸੀ ਤਾਂ ਸ਼ੈਫ ਬਣ ਗਏ, ਚਲੋ ਬਹੁਤ ਵਧੀਆ। ਤੁਸੀਂ ਆਪਣੇ ਕੀ ਕਹਿੰਦੇ ਟ੍ਰੇਨ ਨੂੰ ਪਰਸਿਊ ਕਰਕੇ ਇੱਕ ਪੀ ਆਰ ਲਈ, ਤੇ ਭਾਅ ਜੀ ਨੂੰ ਸਾਡੇ ਵੱਲੋਂ ਮੁਬਾਰਕਾਂ ਦਿਓ। ਤੇ ਤੁਸੀਂ ਇੰਡੀਆ ਗਏ ਸੀ ਜਦੋਂ ਤੁਸੀਂ ਸੀਗੇ ਕੱਚੇ ਆਸਟ੍ਰੇਲੀਆ ਵਾਲੇ, ਹੁਣ ਤੁਸੀਂ ਇੰਡੀਆ ਤੋਂ ਜਦੋਂ ਆਉਣਾ ਆਸਟ੍ਰੇਲੀਆ, ਹੁਣ ਤੁਸੀਂ ਆਉਣਾ ਪੱਕੇ ਆਸਟ੍ਰੇਲੀਆ ਵਾਲੇ। ਕੋਈ ਗੱਲ ਨਹੀਂ, ਹੁਣ ਨਾਲੇ ਜਿਹੜਾ ਆਪਰੇਸ਼ਨ ਪੀ ਆਰ ਆਪਰੇਸ਼ਨ ਜਿਹੜਾ ਬਾਜੋ ਇਮੀਗ੍ਰੇਸ਼ਨ ਨੇ ਪੀ ਆਰ ਵਾਲਾ ਕੀਤਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਆਪਾਂ ਕਿੰਨੇ ਲੰਮੇ ਸਮੇਂ ਤੋਂ, 2 ਸਾਲ ਤੋਂ ਜਾਂ ਪਲੱਸ ਤੋਂ ਆਪਾਂ ਨਾਲ ਜੁੜੇ ਹੋਏ ਹਾਂ, ਬਟ ਇੱਕ ਵਾਰੀ ਇਨ ਪਰਸਨ ਮਿਲੇ, ਰਾਈਟ? ਠੀਕ ਹੈ ਜੀ, ਸੋ ਤੁਹਾਨੂੰ ਬਹੁਤ ਮੁਬਾਰਕਾਂ, ਤੁਸੀਂ ਪਰਿਵਾਰ ਨੂੰ ਆਪਣਾ ਕੀ ਕਹਿੰਦੇ ਆ